ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਭਰਾਓ ਐਕਚੁਅਲੀ ਇਦਾਂ ਹੀ ਵੀ ਥੋੜਾ ਰਡਾਰ ਰਿਪੋਰਟ ਜਿਹੜੀ ਨਾ ਉਹ ਖਤਰਨਾਕ ਆ ਥੋੜੀ ਡਰਾਉਣ ਵਾਲੀ ਆ ਆ ਜਿਹੜਾ ਆਪਾਂ ਗੱਲ ਕਰੀਏ ਗੁਆਂਡੀ ਸੂਬੇ ਹਰਿਆਣੇ ਦੀ ਰਾਜਸਥਾਨ ਦੀ ਉਥੇ ਤਾਂ ਜ਼ਬਰਦਸਤ ਤਬਾਹੀ ਹੋਣੀ ਤੈ ਆ ਠੀਕ ਹੈ 100 ਐਮ ਐਮ ਤੋਂ ਉੱਪਰ ਦੀ ਬਾਰਿਸ਼ ਕੱਲੇ ਹਰਿਆਣੇ 'ਚ ਹੋਏਗੀ ਜ਼ਬਰਦਸਤ ਬਾਰਿਸ਼ ਇੱਕ ਦੋ ਜ਼ਿਲ੍ਹੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਉਥੇ ਸ਼ਾਇਦ ਥੋੜਾ ਵਿਚਾਰ ਰਹੇ ਰਾਜਸਥਾਨ ਲਗਭਗ ਤਕਰੀਬਨ 70% ਏਰੀਆ ਖਤਰਨਾਕ ਸਟਾਰਮ ਦੀ ਚਪੇੜ ਚਾਊਗਾ ਬਾਕੀ ਗੱਲ ਕਰੀਏ ਆਪਾਂ ਪੰਜਾਬ ਦੀ ਫਿਲਹਾਲ ਦੀ ਜਿਹੜੀ ਮੋਡਿਊਲ ਹੋਣ ਦੀ ਤੱਕ ਦੀ ਜਿਹੜੀ ਰਿਪੋਰਟ ਆ ਨਾ ਇਸ ਵੇਲੇ ਤੱਕ ਦੀ ਉਹਦੇ ਵਿੱਚ ਵੀ ਜੀ ਇਹ ਸਾਫ ਸਾਫ ਦੱਸਿਆ ਉਹਨਾਂ ਨੇ ਵੀ ਜਿਹੜੇ ਫਤੇਗੜ ਸਾਹਿਬ ਜ਼ਿਲ੍ਹਾ ਹੋ ਗਿਆ ਪਟਿਆਲਾ ਹੋ ਗਿਆ ਚੰਡੀਗੜ੍ਹ ਦੇ ਨੇੜੇ ਦੇ ਮੋਹਾਲੀ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੋਪੜ ਏ ਡਿਸਟ੍ਰਿਕਟ ਜਿਹੜੇ ਇੱਥੋਂ ਫਿਰ ਆਪਾਂ ਘੁਮ ਜੀਏ ਨਾਲ ਨਾਲ ਹਰਿਆਣੇ ਦੇ ਬਾਰਡਰ ਦੇ ਨਾਲ ਨਾਲ ਜਿੰਨੇ ਵੀ ਡਿਸਟ੍ਰਿਕਟ ਆਉਂਦੇ ਆ ਬਠਿੰਡੇ ਵਾਲੀ ਸਾਈਡ ਤੱਕ ਉਹ ਸਾਰੇ ਚਪੇੜ ਚ ਆ ਸਕਦੇ ਆ ਉੱਥੇ ਵਾਰਨਿੰਗ ਖਤਰਨਾਕ ਆ ਉੱਥੇ ਦਿੱਕਤ ਆ ਸਕਦੀ ਆ ਉਸ ਤੋਂ ਬਾਅਦ ਇਧਰ ਦੀ ਗੱਲ ਕਰੀਏ ਆਪਾਂ ਦੁਆਬੇ ਦੀ ਦੁਆਬੇ ਦੇ ਵਿੱਚ ਅ ਥੋੜਾ ਜਦੋਂ ਆਪਾਂ ਪਰਿਓ ਇਧਰ ਦੀ ਐਂਟਰ ਕਰੀਏ ਲੁਧਿਆਣਾ ਜਲੰਧਰ ਕਪੂਰਥਲਾ ਇਹਨਾਂ ਵਿੱਚ ਵੀ ਉਧਰ ਨਾਲੋਂ ਥੋੜੀ ਘਟੇਗੀ بارش ਲੇਕਿਨ ਹੋਏਗੀ ਜ਼ਰੂਰ ਅੱਛੀ ਖਾਸੀ بارش ਸ਼ਾਇਦ 50 ਐਮ ਐਮ ਦੇ ਆਸ-ਪਾਸ ਹੋ ਜੇ ਹੁਣ ਪਰਿਉਂ ਦੀ ਘੁੰਮੀਆਂ ਜੇਕਰ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਇਹ ਜਿਹੜੇ ਡਿਸਟ੍ਰਿਕਟ ਆ ਮਾਨਸਾ ਮਲੂੜ ਦਾ ਕੁਝ ਏਰੀਆ ਹੋ ਗਿਆ ਇੱਥੇ ਥੋੜੀ ਰਫਤਾਰ ਘਟ ਰਹੀਗੀ ਅਸਲ ਦੇ ਵਿੱਚ ਜੇਕਰ ਫਿਰੋਜ਼ਪੁਰ ਵਾਲਾ ਸਟਾਰਮ ਸੌਰੀ ਫਿਰੋਜ਼ਪੁਰ ਵਾਲਾ ਉੱਚ ਪ੍ਰੈਸ਼ਰ ਜੇ ਮਜ਼ਬੂਤ ਹੋ ਗਿਆ ਨਾ ਤਾਂ ਫਿਰ ਪੰਜਾਬ ਦਾ ਬਚਾਅ ਹੋਊਗਾ ਨਹੀਂ ਤਾਂ ਕਮ ਸੇ ਕਮ ਵਾਢੀ 10 ਦਿਨ ਤੇ ਲੈ ਕੇ ਜਾਊਗਾ ਜੋ ਇਹਨੇ ਹਾਲਾਤ ਫੜੇ ਹੋਏ ਆ ਇਹ ਪਹਿਲੀ ਵਾਰ ਹੋਇਆ 31 ਸਾਲਾਂ ਦੇ ਵਿੱਚ ਕਿ ਮਾਨਸੂਨ ਵਾਪਸ ਜਾਂਦੀ ਹੋਈ ਇੱਕ ਥਾਂ ਤੇ ਰੁਕ ਜੇ ਨਹੀਂ ਹੋਇਆ ਕਦੀ ਅੱਜ ਤੋਂ 31 ਸਾਲ ਪਹਿਲੇ ਇਦਾਂ ਹੋਇਆ ਸੀ ਇਹ ਜਦੋਂ ਇਦਾਂ ਹੋਇਆ ਇਹ ਬਹੁਤ ਖਤਰਨਾਕ ਨਤੀਜੇ ਨਿਕਲਦੇ ਆ ਬੰਗਾਲ ਦੀ ਖਾੜੀ ਚ ਇੱਕ ਸਰਕੂਲੇਸ਼ਨ ਨੇ ਆ ਕੇ ਇਹਨੂੰ ਟੱਕਰ ਦਿੱਤੀ ਆ ਉਹਦੀ ਨਮੀ ਫੜ ਕੇ ਫਿਰ ਕਰਾਚੀ ਵਾਲੇ ਦੀ ਨਮੀ ਫੜੀ ਆ ਔਰ ਇਹਦੇ ਕੋਲ ਪਾਣੀ ਇੰਨਾ ਵਾ ਵੀ ਕਿਤੇ ਵੀ ਇਹ ਸਮੁੰਦਰ ਬਣਾ ਸਕਦਾ ਕਿਸੇ ਵੀ ਜਗ੍ਹਾ ਇਸ ਕਰਕੇ ਮਾਲਕੀ ਬਚਾਵੇ ਰਹਿਮ ਕਰੇ ਸੱਚੇ ਪਾਤਸ਼ਾਹ ਸਾਰਿਆਂ ਦੇ ਬਾਕੀ ਜੋ ਫਰਦਰ ਰਿਪੋਰਟ ਸ਼ਾਮ ਤੱਕ ਦੁਬਾਰਾ ਆਉਗੀ ਉਹ ਵੀ ਦਿੱਤੀ ਜਾਊਗੀ ਇਹ ਤਾਂ ਵਾਰਨਿੰਗ ਆਈ ਸੀ ਲਿਖਣ ਦਾ ਸਮਾਂ ਨਹੀਂ ਸੀ ਮੈਂ ਸੋਚਿਆ ਆਡੀਓ ਕਰ ਦਵਾਂ